मेरे दाते दा पाक दरबार है ए, कर सजदा हर कोई आन वाला खाली चोलिया परी ले जान सारे मेरा पीर है बरकता पौन वाला लख दाते दा दरबार मुरादा देंदा है सखी सरबर दा दरबार मुरादा देंदा है एक की दा असवार एक की दा हाजरीन
एक कहानी है लख दाता लाला वाला पीर पीर निगाहे वाला अते पीर गौस पाक अब्दुल कादर जिलानी 11वीं वाली सरकार जी दी पाक मुरीद परम सेवकण श्रीमती सरजीत कौर जी दी जो के पिंड वाजवा कलां तहसील शाहकोट जिला जलंधर दी रहण वाली है। सरजीत कौर जी दे दसण मुताबक उसका जन्म 25 मार्च 1961 नूं उसके जद्दी पिंड आले वाली विखे होया। जदों उसकी उम्र 12-13 साल की सी तां उसका पूरा परिवार पिंड की जद्दी जमीन वेच के जिला फिरोजपुर के एक पिंड तारेवाल विखे आके रहन लग पिया ते इत्थे ही जमीन खरीद के खेतीबाड़ी करन लग्या। समय मुताबक माता पिता ने सरजीत कौर जी की शादी जून 1978 विच बाजवा कलां दे रहन वाले सरदार हरदेव सिंह जी नाल कर दिती। कुछ समा ठीक ठाक लंघिया। ब्याह तो तकरीबन 4 साल बाद ही इस दे सहुरा परिवार ने घर विच ही इन्हां नूं अलग कर दिता कि अपना कमाओ ते अपना खाओ। तद सरजीत कौर जी अपने पति अते 2 बच्चों नाल अपनी वक्री दुनिया विच जिंदगी जीवन लगी। ਹੋਰ ਮੇਰਾ ਪੁੱਤ ਕਿੱਦਾਂ? ਆਲੋ ਤੁਸੀਂ ਬੈਠੋ, ਮੈਂ ਚਾਹ ਲੈ ਗਈ। ਚੰਗਾ ਚੰਗਾ। ਹੈਲੋ, ਚਾਹ ਵੀ ਲਓ। ਲਿਆ ਧੀਏ ਚਾਹ। ਲਓ ਬਿਸਕੁਟ ਖਾਓ। ਹੋਰ ਸੁਣਾਓ, ਘਰ ਸਭ ਠੀਕ ਠਾਕ ਨੇ? ਬੀਬੀ ਦੀ ਸਿਹਤ ਕਿੱਦਾਂ? ਮੈਂ ਕਿਹਾ ਐਨ ਠੀਕ ਨੇ, 9/9 ਨੇ। ਚਲੋ ਠੀਕ ਹੈ, ਬਹੁਤ ਵਧੀਆ। ਇਹ ਬਿਸਕੁਟ ਖਾਓ। ਤੂੰ ਸੁਣਾ ਕੁੜੀਏ, ਕਿਵੇਂ ਹੈ? ਹਾਂ, ਮੈਂ ਵੀ ਠੀਕ ਹੀ ਹਾਂ, ਚੰਗੀ ਭਲੀ ਹਾਂ। ਤੁਹਾਡੇ ਸਾਹਮਣੇ ਰੱਬ ਚੰਗੀ ਭਲੀ ਰੱਖੇ, ਕਦੀ ਤੱਤੀ ਵਾਹ ਨਾ ਲੱਗੇ। ਸਾਡੀ ਤਾਂ ਵਾਹਿਗੁਰੂ ਅੱਗੇ ਹਰ ਵੇਲੇ ਇਹੋ ਹੀ ਅਰਦਾਸ ਹੈ। ਨਾਲੇ ਚਾਹ 'ਚ ਮਿੱਠਾ ਮੁੱਠਾ ਠੀਕ ਹੈ? ਠੀਕ ਹੈ ਠੀਕ ਹੈ। ਨਾ ਗੱਲ ਸੁਣ, ਕਮਲਜੀਤ ਤੇ ਦਲਜੀਤ ਨਜ਼ਰ ਨਹੀਂ ਆ ਰਹੇ, ਉਹ ਕਿੱਥੇ ਹੈ? ਨਾ ਹਰਦੇਵ ਨਜ਼ਰ ਆ ਰਿਹਾ। ਦਲਜੀਤ ਕਾਲਜ ਗਈ ਹੋਈ ਆ ਤੇ ਕਮਲਜੀਤ ਆਪਣੇ ਕੰਮ ਤੇ ਗਿਆ ਹੋਇਆ ਆ ਤੇ ਸਰਦਾਰ ਹੁਣੀ ਆਪਣਾ ਘਰ ਦਾ ਸਮਾਨ ਸ਼ਹਿਰੋਂ ਲੈਣ ਗਏ ਹੋਏ ਆ। ਅੱਛਾ ਅੱਛਾ। ਅੱਜ ਮਸਾਂ ਟਾਈਮ ਕੱਢਿਆ ਸੀ, ਮੈਂ ਸੋਚਿਆ ਅੱਜ ਸਾਰੇ ਘਰ ਮਿਲ ਜਾਣਗੇ। ਚਲੋ ਫੇਰ ਆਜੂ, ਫੇਰ ਮਾਰਨੂ ਗੇੜਾ ਕਿਤੇ। ਜੇ ਤੁਹਾਡੇ ਆਉਣ ਦਾ ਪਤਾ ਹੁੰਦਾ ਫਿਰ ਤਾਂ ਉਹਨਾਂ ਨੇ ਘਰੇ ਰਹਿ ਪੈਣਾ ਸੀਗਾ। ਬਾਕੀ ਤੇਰੇ ਸੱਸ ਸਹੁਰਾ ਠੀਕ ਰਹਿੰਦੇ ਆ ਕਿ ਨਹੀਂ? ਹਾਂ, ਕਿੱਥੇ ਠੀਕ ਰਹਿੰਦੇ ਆ, ਪਾਪਾ ਜੀ ਹੁਣੀ ਤਾਂ ਫਿਰ ਵੀ ਠੀਕ ਠਾਕ ਨੇ। ਆ ਬੀਬੀ ਪਤਾ ਨਹੀਂ ਕੀ ਖਾ ਕੇ ਜੰਮੀ ਸੀ, ਐਵੇਂ ਨਿੱਕੀ ਨਿੱਕੀ ਗੱਲ ਤੋਂ ਲੜਦੀ ਰਹਿੰਦੀ ਆ। ਹੁਣ ਤਾਂ ਨਾਲੇ ਅਸੀਂ ਅੱਡ ਵੀ ਹੋ ਗਏ ਆ, ਫਿਰ ਵੀ ਚਿੰਜੜੀ ਛੇੜ ਨਹੀਂ ਹਟਦੀ। ਉਹ ਤਾਂ ਸਿਆਣੇ ਬਿਆਣੇ ਆ, ਪੋਤਿਆਂ ਵਾਲੀ ਹੈ, ਉਹਨੂੰ ਲੜਨਾ ਨਹੀਂ ਚਾਹੀਦਾ। ਸੱਚ ਪੁੱਛੋ ਤਾਂ ਮੈਂ ਵਾਹਲੀ ਦੁਖੀ ਹਾਂ, ਮੇਰੇ ਤੋਂ ਨਹੀਂ ਰੋਜ਼ ਰੋਜ਼ ਲੜਿਆ ਜਾਂਦਾ। ਪਤਾ ਨਹੀਂ ਤੁਸੀਂ ਮੈਨੂੰ ਕਿੱਦਾਂ ਦੇ ਘਰ ਵਿੱਚ ਵਿਆਹ ਤਾ, ਕੁਛ ਬੰਦੇ ਦੇਖ ਪਰ ਕੇ ਤਾਂ ਮੇਰਾ ਵਿਆਹ ਕਰਦੇ। ਓਏ ਕਮਲੀਏ ਧੀਏ, ਇਹ ਤਾਂ ਤਕਦੀਰਾਂ ਦੇ ਸੌਦੇ ਆ। ਮਾਂ ਪਿਓ ਤਾਂ ਹਮੇਸ਼ਾ ਬੱਚਿਆਂ ਦਾ ਚੰਗਾ ਹੀ ਸੋਚਦੇ ਆ, ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਜਾਣਾ ਹੀ ਪੈਂਦਾ। ਰੱਬ ਨੇ ਮੇਰਾ ਦਾਣਾ ਪਾਣੀ ਪਤਾ ਨਹੀਂ ਕਿਉਂ ਏਦਾਂ ਦੇ ਟੱਬਰ 'ਚ ਲਿਖ ਦਿੱਤਾ। ਤੂੰ ਘਬਰਾ ਨਾ ਧੀਏ, ਰੱਬ ਤੇਰੀ ਵੀ ਸੁਣੂਗਾ। ਤੇਰੇ 2 ਬੱਚੇ ਨੇ, ਦੇਖੀ ਇਹਨਾਂ ਨੇ ਤੈਨੂੰ ਬਹੁਤ ਸੁੱਖ ਦੇਣਾ। ਪਰਮਾਤਮਾ ਤੇ ਭਰੋਸਾ ਰੱਖ।
ਉਹਦੇ ਤੇ ਮੈਨੂੰ ਹੁਣ ਭਰੋਸਾ ਏ ਪੂਰਾ, ਨਾਲੇ ਮੈਨੂੰ ਆਪਣੇ ਬੱਚਿਆਂ ਤੇ ਪੂਰਾ ਮਾਣ ਏ, ਉਹੀ ਮੇਰੇ ਦੁੱਖਾਂ ਨੂੰ ਸੁੱਖਾਂ ਵਿੱਚ ਬਦਲਣਗੇ। ਚੰਗਾ ਧੀਏ, ਹੁਣ ਮੈਂ ਚੱਲਦਾ। ਕਿਉਂ, ਹੁਣੇ ਤਾਂ ਤੁਸੀਂ ਆਏ ਸੀ, ਸ਼ਾਮ ਨੂੰ ਚੱਲ ਜਿਓ, ਨਾਲੇ ਮੈਂ ਰੋਟੀ ਰੋਟੀ ਬਣਾਉਣੀ ਆ, ਖਾ ਕੇ ਚੱਲ ਜਿਓ। ਨਾਲੇ ਸਰਦਾਰ ਜੀ ਵੀ ਆ ਜਾਣਗੇ ਤੇ ਨਾਲੇ ਕਮਲਜੀਤ ਤੇ ਦਲਜੀਤ ਹੁਣੀ ਵੀ ਆਉਂਦੇ ਹੋਣੇ ਆ। ਨਹੀਂ ਪੁੱਤ, ਫਿਰ ਕਿਤੇ ਗੇੜਾ ਮਾਰੂੰਗਾ, ਅੱਜ ਮੈਨੂੰ ਬਹੁਤ ਕੰਮ ਹੈ। ਮਸਾਂ ਮਸਾਂ ਮੈਨੂੰ ਦੋ ਬਈਏ ਮਿਲੇ ਆ, ਜਾ ਕੇ ਖੇਤਾਂ 'ਚ ਰੂੜੀ ਪਾਣੀ ਹੈ, ਫਿਰ ਬਹਾਈ ਕਰੂੰਗਾ। ਅੱਛਾ, ਇਹਦਾ ਮਤਲਬ ਹੈ ਸਾਡੀ ਰੂੜੀ ਦੀ ਵੀ 12 ਸਾਲ ਬਾਅਦ ਸੁਣੀ ਗਈ। ਉਹ ਚੱਲੀਏ ਧੀਏ, ਮੈਂ ਇਹ ਰੂੜੀ ਦੀ ਨਹੀਂ ਗੱਲ ਕਰ ਰਿਹਾ, ਮੈਂ ਤਾਂ ਢੇਰ ਦੀ ਗੱਲ ਕਰਦਾ। ਪੁੱਤ, ਉਹ ਤਾਂ ਰੂੜੀ ਮਾਤਾ ਇਨਸਾਨ ਸੀ, ਇੱਕ ਬੇ ਔਲਾਦੀ ਔਰਤ। ਉਹਨੂੰ ਪੀਰ ਗੋਸ ਪਾਕ 11ਵੀਂ ਵਾਲੀ ਸਰਕਾਰ ਨੇ ਪੁੱਤਰ ਦੀ ਦਾਤ ਬਖਸ਼ੀ ਸੀ। ਉਸੇ ਪੁੱਤਰ ਦੇ ਵਿਆਹ ਵੇਲੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਭਰਿਆ ਬੇੜਾ ਦਰਿਆ 'ਚ ਡੁੱਬ ਗਿਆ ਸੀ। ਅੱਛਾ, ਤੇ ਫਿਰ ਪਿਤਾ ਜੀ? ਫਿਰ ਉਸ ਰੂੜੀ ਮਾਤਾ ਨੇ ਪੀਰ ਗੋਸ ਪਾਕ ਨੂੰ ਯਾਦ ਕਰਕੇ 12 ਸਾਲ ਫਰਿਆਦ ਕੀਤੀ ਸੀ, ਵਰਲਾਪ ਕੀਤੇ ਸਨ। ਤਦ 12 ਸਾਲ ਬਾਅਦ ਪੀਰ ਗੋਸ ਪਾਕ ਨੇ ਰੂੜੀ ਮਾਤਾ ਦਾ ਡੁੱਬਿਆ ਬੇੜਾ ਤਾਰਿਆ ਸੀ, ਤਾਂ ਲੋਕੀ ਕਹਿੰਦੇ ਨੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਗਈ। ਇਹਦਾ ਮਤਲਬ ਪੀਰ ਗੋਸ ਪਾਕ ਜੀ ਬਹੁਤ ਸ਼ਕਤੀ ਵਾਲੇ ਸਨ, ਉਹ ਕੁਝ ਵੀ ਕਰ ਸਕਦੇ ਆ। ਬਿਲਕੁਲ ਸਹੀ ਕਿਹਾ, ਉਹ ਪੀਰਾਂ ਦੇ ਪੀਰ ਨੇ, ਉਹ ਸਭ ਕੁਝ ਕਰ ਸਕਦੇ ਆ। ਉਹਨੂੰ ਜੋ ਵੀ ਸੱਚੇ ਮਨ ਨਾਲ ਧਿਆਉਂਦਾ ਉਹਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ, ਉਸ ਤੋਂ ਜੋ ਮੰਗੀ ਉਸ ਮਿਲ ਜਾਂਦਾ। ਬਸ ਨੇਚਾ ਸੱਚੀ ਤੇ ਪੂਰਨ ਵਿਸ਼ਵਾਸ ਹੋਣਾ ਚਾਹੀਦਾ। ਪਾਪਾ ਜੀ, ਜੇ ਮੈਂ ਉਹਨਾਂ ਨੂੰ ਯਾਦ ਕਰਾਂ ਤਾਂ ਉਹ ਮੇਰੀ ਆਸ ਵੀ ਪੂਰੀ ਕਰਨਗੇ? ਬਿਲਕੁਲ ਕਰਨਗੇ, ਉਹ ਤਾਂ ਸਭ ਦੇ ਸਾਂਝੇ ਪੀਰ ਨੇ। ਇਸੇ ਤਰ੍ਹਾਂ ਲੱਖ ਦਾਤਾ ਪੀਰ ਨੇ ਵੀ ਦਾਨੀ ਜੱਟੀ ਦਾ ਮੋਇਆ ਪੁੱਤ ਜਿਉਂਦਾ ਕੀਤਾ ਸੀ। ਸੱਚੀ ਪਾਪਾ ਜੀ, ਮੇਰਾ ਤਾਂ ਜੀ ਕਰਦਾ ਮੈਂ ਇਹਨਾਂ ਪੀਰਾਂ ਦੀਆਂ ਕਹਾਣੀਆਂ ਸੁਣਦੀ ਰਵਾਂ, ਨਾਲੇ ਕੁਝ ਸਿੱਖਣ ਨੂੰ ਮਿਲੂ, ਨਾਲੇ ਜੀ ਲੱਗਾ ਰਹੂ। ਹਾਂ ਠੀਕ ਹੈ ਪੁੱਤ, ਤੂੰ ਏਦਾਂ ਕਰ ਧੀਏ, ਕਮਲਜੀਤ ਨੂੰ ਕਹੀਂ ਸ਼ਹਿਰੋਂ ਜਾ ਕੇ ਤੈਨੂੰ ਪੀਰ ਨਿਗਾਹੇ ਵਾਲੇ ਦੀਆਂ ਕੈਸਟਾਂ ਲਿਆ ਦੇਵੇ, ਟੇਪ ਰਿਕਾਰਡ ਤੁਹਾਡੇ ਕੋਲ ਹੈਗੀ ਹੈ, ਬਸ ਕੈਸਟਾਂ ਉਹਦੇ ਵਿੱਚ ਲਾ ਕੇ ਸੁਣਦੀ ਰਹੀ। ਹਾਂ ਆਹ ਗੱਲ ਠੀਕ ਹੈ ਪਾਪਾ ਜੀ। ਚੰਗਾ ਧੀਏ, ਹੁਣ ਮੈਂ ਚੱਲਦਾ। ਉਹ ਬੈਠੋ ਪਾਪਾ ਜੀ। ਉਹ ਨਹੀਂ, ਬਸ ਫੇਰ ਆਊਂਗਾ ਕਿਤੇ। ਚੰਗਾ। ਭੈਣ ਘਰੇ ਆ? ਹਾਂ ਹਾਂ ਘਰੇ ਆ ਗੇਜੋ, ਆ ਜਾ ਲੰਘਿਆ। ਆ ਬੈਠ ਮੰਜੇ ਤੇ। ਨਹੀਂ ਨਹੀਂ ਮੈਂ ਬਹਿਣਾ ਨਹੀਂ ਆ। ਉਹ ਬਹਿ ਵੀ ਜਾਇਆ ਕਰ ਕਦੀ। ਓਹੋ ਆ ਲੈ ਫੜ ਨਿਆਜ਼, ਅੱਜ 11ਵੀਂ ਸੀ, ਪੀਰ ਦੀ ਨਿਆਜ਼ ਚੜ੍ਹਾਈ ਸੀ। ਮੈਂ ਕਿਹਾ ਚੱਲ ਆਂਢ ਗੁਆਂਢ ਨੂੰ ਹੀ ਦੇ ਦਵਾਂ। ਚੱਲ ਚੰਗਾ ਕੀਤਾ, ਇਹ ਚੀਜ਼ਾਂ ਤਾਂ ਭਾਗਾਂ ਨਾਲ ਹੀ ਮਿਲਦੀਆਂ ਆ। ਚੰਗਾ ਭੈਣ ਮੈਂ ਚੱਲਦੀ ਆ। ਉਹ ਬਹਿ ਜਾ, ਘੜੀ ਬਹਿ ਵੀ ਜਾਇਆ ਕਰ। ਉਹ ਨਹੀਂ, ਡੱਬਾ ਮੈਂ ਬਾਅਦ ਚ ਫੜ ਲਾਂਗੀ, ਠੀਕ ਆ? ਠੀਕ ਹੈ, ਚੰਗਾ। ਬੀਬੀ ਨਿਆਜ਼ ਲੈ ਲਾ, ਗੇਜੋ ਦੇ ਕੇ ਗਈ ਸੀ। ਨੀ ਰੱਖ ਆਪਣੇ ਕੋਲ, ਮੈਂ ਨੀ ਲੈਣੀ ਨਿਆਜ਼ ਨਿਊਜ। ਬੀਬੀ ਇਹ ਤੇ ਪੀਰਾਂ ਦਾ ਪ੍ਰਸ਼ਾਦ ਹੈ, ਪ੍ਰਸ਼ਾਦ ਨੂੰ ਨਾ ਨੀ ਕਰੀਦੀ। ਤੂੰ ਆਪਣੀਆਂ ਮੱਤਾਂ ਨਾ ਆਪਣੇ ਕੋਲੇ ਰੱਖ, ਮੈਂ ਨਿਆਣੀ ਨੀ, ਮੈਨੂੰ ਸਭ ਪਤਾ। ਬੀਬੀ ਭਲਾ ਇਹਦੇ ਵਿੱਚ ਮੱਤ ਵਾਲੀ ਕਿਹੜੀ ਗੱਲ ਹੈ, ਨਹੀਂ ਲੈਣੀ ਤੇ ਨਾ ਸਹੀ, ਪਰ ਬੋਲੋ ਤਾਂ ਢੰਗ ਨਾਲ। ਅੱਛਾ ਹੁਣ ਬੋਲਣ ਦਾ ਢੰਗ ਵੀ ਤੂੰ ਸਿਖਾਏਗੀ, ਵੱਡੀ ਸਿਆਣੀ, ਮੈਨੂੰ ਕਾਹਨੂੰ ਅਕਲ ਆ, ਸਾਰੀ ਅਕਲ ਤਾਂ ਤੈਨੂੰ ਆ। ਬੀਬੀ ਤੈਂ ਤਾਂ ਸੌਂਹ ਖਾਧੀ ਹੋਈ ਆ, ਤੂੰ ਤਾਂ ਨਿੱਕੀ ਨਿੱਕੀ ਗੱਲ ਤੇ ਲੜਨਾ ਹੀ ਲੜਨਾ। ਆਹੋ ਮੇਰਾ ਦਿਮਾਗ ਖਰਾਬ ਆ ਕਿ ਮੈਂ ਤੇਰੇ ਨਾਲ ਲੜਦੀ ਫਿਰਾਂ, ਮੈਨੂੰ ਕਿਹੜਾ ਕੋਈ ਕੰਮ ਆ, ਸਾਰੇ ਕੰਮ ਤਾਂ ਤੂੰ ਕਰਦੀ ਆ, ਸਾਡੀ ਤਾਂ ਕਿਸਮਤ ਫੁੱਟ ਗਈ ਤੇਰੇ ਵਰਗੀ ਨੂੰਹ ਲਿਆ ਕੇ। ਵੱਡੀ ਸਿਆਣੀ ਬਣੀ ਫਿਰਦੀ ਆ, ਮੈਨੂੰ ਕਾਹਨੂੰ ਪਤਾ ਘਰ ਚਲਾਉਣ ਦਾ, ਇਹਨੂੰ ਹੀ ਪਤਾ ਸਭ ਕੁਛ। ਉਹਨੇ ਕੀ ਹੋਇਆ, ਆ ਬੀਬੀ ਕੀ ਬੜਬੜ ਕਰੀ ਜਾਂਦੀ ਹੈ? ਕੁਛ ਨਹੀਂ ਹੋਇਆ, ਆ ਗੁਆਂਢੀਆਂ ਦੇ ਘਰੋਂ ਨਿਆਜ਼ ਆਈ ਹੋਈ ਸੀ, ਮੈਂ ਬੀਬੀ ਨੂੰ ਖਾਣ ਨੂੰ ਕਿਹਾ, ਉਹ ਲੜਨ ਲੱਗ ਪਈ। ਇੰਨੇ ਸਾਲ ਹੋ ਗਏ ਆਪਣੇ ਵਿਆਹ ਹੋਏ ਨੂੰ, ਤੁਹਾਡਾ ਨੂੰਹ ਸਰਦਾ ਅਜੇ ਤੱਕ ਲੜਾਈ ਝਗੜਾ ਨਹੀਂ ਮੁੱਕਿਆ, ਜਦੋਂ ਦੇਖੋ ਮਹਾਭਾਰਤ ਲਾਈ ਰੱਖਦੀਆਂ। ਸਰਦਾਰ ਜੀ ਮੈਂ ਤਾਂ ਅੱਜ ਕੁਛ ਹੋਰ ਬੋਲੀ ਨਹੀਂ। ਬੋਲੀ ਜਾਂ ਨਹੀਂ ਬੋਲੀ ਮੈਨੂੰ ਕੁਝ ਨਹੀਂ ਪਤਾ, ਪਰ ਇੰਨਾ ਜ਼ਰੂਰ ਆ ਕਿ ਨਾ ਬੀਬੀ ਘੱਟ ਵਾ ਨਾ ਤੂੰ ਘੱਟ ਵਾ, ਤੁਹਾਡੇ ਤੋਂ ਤਾਂ ਰੱਬੇ ਹੀ ਬਖਸ਼ੇ।
सरदार जी जदों देखो तुसीं तां मैनूं ही बोलण लग जांदे आ। ओए ओदे हुण मैं डांग मार देवां मूंह नाले समझाउणा हुंदा। ਸਤਿ ਸ਼੍ਰੀ ਅਕਾਲ ਗੇਜੋ। ਸਤਿ ਸ਼੍ਰੀ ਅਕਾਲ ਭੈਣ। ਹੋਰ ਕਿੱਦਾਂ ਠੀਕ ਆ? ਹਾਂ ਸਭ ਵਧੀਆ। ਆ ਜਾ ਭੈਣ, ਆ ਬੈਠ ਇੱਥੇ। ਸ਼ੁਕਰ ਕਿਤੇ ਤੇਰਾ ਆਉਣਾ ਹੋਇਆ, ਧੰਨ ਭਾਗ ਧੰਨ ਭਾਗ। ਜੇ ਕਿਤੇ ਮੇਰੀ ਭੈਣ ਦਾ ਗੇੜਾ ਵੱਜਿਆ ਮੇਰੇ ਘਰ। ਕੀ ਕਰਾਂ ਗੇਜੋ, ਵਿਹਲ ਹੀ ਨਹੀਂ ਮਿਲਦਾ, ਘਰ ਦੇ ਕੰਮ ਹੀ ਨਹੀਂ ਮੁੱਕਦੇ। ਹੁਣ ਵੀ ਮੈਂ ਸੋਚਿਆ ਤੇਰਾ ਨਿਆਜ਼ ਵਾਲਾ ਡੱਬਾ ਮੈਂ ਮੋੜ ਆਵਾਂ। ਚਲੋ ਡੱਬੇ ਦੇ ਬਹਾਨੇ ਸਹੀ, ਆਈ ਤਾਂ ਸਹੀ। ਹੋਰ ਸੁਣਾ ਕਿਵੇਂ ਆ? ਹਾਂ ਬਸ ਦਿਨ ਘਟੀ ਕਰੀ ਜਾਂਦੀ ਆ। ਐਵੇਂ ਨਾ ਢੇਰੀ ਢਾਇਆ ਕਰ, ਸਭ ਠੀਕ ਹੋ ਜਾਣਾ। ਹਾਂ ਸੱਚ, ਚਾਰ ਪੰਜ ਦਿਨ ਤੂੰ ਮੈਨੂੰ ਨਜ਼ਰ ਹੀ ਨਹੀਂ ਆਈ, ਕਿਤੇ ਗਈ ਹੋਈ ਸੀ? ਹਾਂ ਮੈਂ ਪੇਕੀ ਗਈ ਸੀ, ਤੈਨੂੰ ਤਾਂ ਪਤਾ ਹੀ ਆ ਇੱਥੇ ਤਾਂ ਘਰ ਵਿੱਚ ਲੜਾਈ ਝਗੜਾ ਹੀ ਨਹੀਂ ਮੁੱਕਦਾ। ਦਿਲ ਉਦਾਸ ਜਿਹਾ ਸੀ, ਮੈਂ ਸੋਚਿਆ ਚਾਰ ਦਿਨ ਬੀਬੀ ਪਾਪੇ ਕੋਲ ਹੀ ਰਹਿ ਆਵਾਂ, ਮਨ ਉਧਰ ਹੀ ਪੈ ਜਾਊ। ਉਹ ਤਾਂ ਠੀਕ ਆ ਭੈਣ, ਤੂੰ ਪੇਕੇ ਜਾ ਆਈ, ਪਰ ਲੜਾਈ ਝਗੜਾ ਕਰਕੇ ਘਰੋਂ ਨਹੀਂ ਜਾਈਦਾ ਹੁੰਦਾ। ਤੈਨੂੰ ਪਤਾ ਤੇਰੇ ਬੱਚੇ ਵੀ ਜਵਾਨ ਨੇ, ਉਹ ਵੀ ਪਰੇਸ਼ਾਨ ਹੁੰਦੇ ਨੇ, ਜੇ ਤੂੰ ਹੀ ਢੇਰੀ ਢਾ ਲਈ ਤਾਂ ਉਹ ਕੀ ਕਰਨਗੇ? ਗੇਜੋ ਕੀ ਕਰਾਂ, ਕੁਛ ਸਮਝ ਹੀ ਨਹੀਂ ਆਉਂਦਾ। ਭੈਣੇ ਐਵੇਂ ਫਿਕਰ ਨਾ ਕਰਿਆ ਕਰ, ਸਭ ਠੀਕ ਹੋ ਜਾਣਾ। ਗੇਜੋ ਉਹ ਭਲਾ ਫੋਟੋ ਕਿਹਦੀ ਆ? ਉਹ ਜਿਹੜੀ ਸਾਹਮਣੇ ਆ। ਹਾਂ ਹਾਂ ਉਹ ਵਾਲੀ। ਇੱਕ ਤਾਂ ਪੀਰ ਗੌਸ ਪਾਕ ਜੀ 11ਵੀਂ ਵਾਲੀ ਸਰਕਾਰ ਦੀ ਆ, ਤੇ ਦੂਜੀ ਲੱਖ ਦਾਤਾ ਲਾਲਾਂ ਵਾਲੇ ਪੀਰ ਜੀ ਦੀ ਆ। ਅੱਛਾ ਫਿਰ ਤਾਂ ਇਹ ਪੀਰ ਬਹੁਤ ਕਰਨੀ ਵਾਲੇ ਹੋਣਗੇ। ਹਾਂ ਹਾਂ ਇਹ ਤਾਂ ਪੀਰਾਂ ਦੇ ਪੀਰ ਨੇ। ਅੱਛਾ ਇਹਨਾਂ ਤੋਂ ਜੋ ਵੀ ਮੰਗੋ ਸਭ ਕੁਛ ਮਿਲ ਜਾਂਦਾ, ਬੜੀ ਸ਼ਕਤੀ ਵਾਲੇ ਨੇ। ਨੀ ਗੇਜੋ ਕੀ ਇਹ ਮੇਰੀ ਫਰਿਆਦ ਵੀ ਸੁਣ ਲੈਣਗੇ? ਪਾਗਲੇ ਇਹ ਤਾਂ ਸਭ ਦੀ ਸੁਣਦੇ ਨੇ। ਤੂੰ ਕਦੀ ਇਹਨਾਂ ਦੇ ਦਰਬਾਰ ਤੇ ਜਾ ਕੇ ਦੇਖੀ, ਮਨ ਨੂੰ ਕਿਵੇਂ ਸਕੂਨ ਮਿਲਦਾ। ਗੇਜੋ ਕਦੇ ਮੈਨੂੰ ਵੀ ਇਸ ਦਰਬਾਰ ਦੇ ਦਰਸ਼ਨ ਕਰਵਾ ਦੇ, ਤੇਰਾ ਭਲਾ ਹੀ ਹੋਊਗਾ। ਲੈ ਆ ਕਿਹੜੀ ਗੱਲ ਹੈ, ਅਗਲੇ ਹਫ਼ਤੇ ਆਪਣੇ ਨਾਲ ਦੇ ਪਿੰਡ ਇਹਨਾਂ ਪੀਰਾਂ ਦਾ ਮੇਲਾ ਏ, ਤੂੰ ਚੱਲੀ ਮੇਰੇ ਨਾਲ, ਆਪਾਂ ਸਲਾਮ ਕਰਕੇ ਆਵਾਂਗੇ, ਸ਼ਾਇਦ ਭੈਣੇ ਤੇਰੇ 'ਤੇ ਵੀ ਕਿਰਪਾ ਹੋ ਜਾਵੇ। ਇਹ ਲੱਖ ਦਾਤਾ ਪੀਰ ਨੇ ਦਾਨੀ ਜੱਟੀ ਦਾ ਮੋਇਆ ਪੁੱਤ ਜਿਉਂਦਾ ਕੀਤਾ ਸੀ, ਤੇ ਪੀਰ 11ਵੀਂ ਵਾਲੀ ਸਰਕਾਰ ਨੇ ਰੂੜੀ ਮਾਤਾ ਦਾ 12 ਸਾਲਾਂ ਬਾਅਦ ਡੁੱਬਿਆ ਬੇੜਾ ਤਾਰਿਆ ਸੀ। ਅੱਛਾ ਇੰਨੀ ਕਰਨੀ ਵਾਲੇ ਨੇ, ਚੱਲ ਠੀਕ ਹੈ ਗੇਜੋ ਆਪਾਂ ਚੱਲਾਂਗੇ। ਚੰਗਾ ਹੁਣ ਮੈਂ ਚੱਲਦੀ ਹਾਂ। ਨਹੀਂ ਬਹਿ ਜਾ, ਕੋਈ ਨਹੀਂ। ਨਹੀਂ ਨਹੀਂ ਮੈਂ ਜਾਣਾ ਆ, ਕੋਈ ਨਹੀਂ ਬਹਿ ਜਾ। ਉਹ ਮੈਨੂੰ ਜਾਣ ਦੇ ਗੇਜੋ, ਮੈਂ ਫੇਰ ਆਉਂਗੀ। ਚੰਗਾ ਭੈਣ।
ਭਗਵਾਨ ਨੇ ਰੋਟੀ ਲਿਆ ਛੇਤੀ ਮੈਂ ਜਾਣਾ ਖੇਤਾਂ ਨੂੰ। ਆ ਗਏ ਜੀ ਆ ਗਏ। ਬਹੁਤ ਟਾਈਮ ਲੱਗਦਾ। ਲਓ ਜੀ ਲਓ ਜੀ ਜੀ। ਮੈਂ ਇੱਕ ਗੱਲ ਆਖਾਂ, ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਨਾਲ ਦੇ ਪਿੰਡ ਦੇਵੋ ਦੇ ਨਾਲ ਜਾ ਕੇ ਪੀਰਾਂ ਦੇ ਦਰਬਾਰ ਤੇ ਸਲਾਮ ਕਰਿਆ ਮਾਂ। ਮੈਨੂੰ ਤਾਂ ਕੋਈ ਇਤਰਾਜ ਨਹੀਂ। ਆ ਬੀਬੀ ਨੂੰ ਪੁੱਛ ਲਈ, ਕਿਤੇ ਕਲੇਸ਼ ਪਾ ਕੇ ਨਾ ਬਹਿ ਜਾਵੇ। ਦਲਜੀਤ ਆ ਜਾ ਹੁਣ, ਕੋਲੇ ਤੋਂ ਤੂੰ ਵੀ ਲੇਟ ਹੋਏ ਨਾ ਤੇ ਮੈਂ ਵੀ ਕਿਸੇ ਨੂੰ ਮਿਲਣਾ ਆ। ਬੀਬੀ ਨੇ ਭਲਾ ਕਿੱਥੇ ਮੰਨਣਾ ਆ, ਉਹਨੂੰ ਤਾਂ ਲੜਨ ਦਾ ਬਹਾਨਾ ਚਾਹੀਦਾ ਆ। ਪਰ ਤੁਸੀਂ ਦੱਸੋ। ਚੱਲ ਦੇਖ ਲਾ ਜਿੱਦਾਂ ਤੇਰੀ ਮਰਜ਼ੀ ਆ, ਮੈਂ ਤਾਂ ਕੁਛ ਨਹੀਂ ਕਹਿੰਦਾ। ਮੰਮੀ ਕੋਈ ਗੱਲ ਨਹੀਂ, ਜੇ ਤੁਹਾਡਾ ਦਿਲ ਕਰਦਾ ਤੇ ਜਾਇਓ। ਨਾਲੇ ਮੰਮੀ ਕਿਹੜਾ ਹੋਰ ਕਿਤੇ ਜਾਂਦੇ ਆ। ਹਾਂ ਹਾਂ ਮੰਮੀ, ਜੇ ਪੈਸੇ ਚਾਹੀਦੇ ਤਾਂ ਦੱਸ, ਮੈਂ ਦੇ ਦਿੰਦਾ। ਨਹੀਂ ਨਹੀਂ ਪੁੱਤ, ਪੈਸੇ ਤਾਂ ਮੇਰੇ ਕੋਲ ਹੈਗੇ ਆ। ਚੱਲ ਠੀਕ ਆ ਫਿਰ, ਗੇਜੋ ਚਾਚੀ ਨਾ ਜਾਏ ਪੀਰਾਂ ਦੇ ਦਰਬਾਰ ਤੇ। ਚੰਗਾ ਮੰਮੀ, ਅਸੀਂ ਹੁਣ ਚੱਲਦੇ ਆ ਤੇ ਤੁਸੀਂ ਆਪਣਾ ਧਿਆਨ ਰੱਖਿਓ। ਚਲੋ ਓਕੇ, ਬਾਏ ਬਾਏ ਮੰਮੀ। ਜਾਓ ਮੇਰਾ ਪੁੱਤ, ਧਿਆਨ ਨਾਲ ਜਾਇਓ। ਚਲੋ ਓਕੇ, ਬਾਏ ਮੰਮੀ, ਬਾਏ ਪਾਪਾ। ਓਕੇ ਓਕੇ ਬਾਏ।
ਹਰ ਇੱਕ ਨੂੰ ਆਉਂਦਾ ਸਮਝ ਨਹੀਂ ਇਹ ਗੁੱਜਾ ਭੇਦ ਫਕੀਰੀ ਦਾ ਕੋਈ ਬਿਰਲਾ ਹੀ ਸੁਖ ਮਾਣਦਾ ਏ ਗੁਰੂ ਘਰ ਦੀ ਇਸ ਅਮੀਰੀ ਦਾ ਹਰ ਇੱਕ ਨੂੰ ਆਉਂਦਾ ਸਮਝ ਨਹੀਂ ਇਹ ਗੁੱਜਾ ਭੇਦ ਫਕੀਰੀ ਦਾ ਕੋਈ ਬਿਰਲਾ ਹੀ ਸੁਖ ਮਾਣਦਾ ਏ ਗੁਰੂ ਘਰ ਦੀ ਇਸ ਅਮੀਰੀ ਦਾ ਬੜਾ ਔਖਾ ਚੱਲਣਾ ਹੋ ਜਾਂਦਾ ਚਰਣ ਪਏ ਦੋਸ ਆਜ਼ਮ ਦੇ ਲਗ ਭਾਗ ਗਏ ਉਹਨਾਂ ਥਾਵਾਂ ਨੂੰ ਜਿੱਥੇ ਚਰਨ ਪਏ ਲੱਖ ਦਾਤਾ ਦੇ ਲਗ ਭਾਗ ਗਏ ਉਹਨਾਂ ਥਾਵਾਂ ਨੂੰ ਆਪਣੀ ਮੋਚ ਹੁੰਦੇ ਨੇ ਮਿੱਟੀ ਨੂੰ ਸੋਨਾ ਕਰ ਦਿੰਦੇ ਇਹ ਮਾਰੂ ਥਲ ਤੇ ਬੰਜਰ ਵੀ ਹਰਿਆਲੀ ਦੇ ਨਾਲ ਭਰ ਦਿੰਦੇ ਜਦ ਆਪਣੀ ਮੌਜ ਚ ਹੁੰਦੇ ਨੇ ਮਿੱਟੀ ਨੂੰ ਸੋਨਾ ਕਰ ਦਿੰਦੇ ਇਹ ਮਾਰੂ ਥਲ ਤੇ ਬੰਜਰ ਵੀ ਹਰਿਆਲੀ ਦੇ ਨਾਲ ਭਰ ਦਿੰਦੇ ਕਹੇ ਖੁੱਲਾ ਪਿੰਡ ਸਰਹਾਲੇ ਦਾ 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 ਸਦਾ ਰੱਖਿਓ ਯਾਦ ਸਲਾਵਾਂ ਨੂੰ ਜਿੱਥੇ ਚਰਨ ਪਏ ਦੋਸ ਆਜ਼ਮ ਦੇ ਲਗ ਭਾਗ ਗਏ ਉਹਨਾਂ ਥਾਵਾਂ ਨੂੰ ਚਰਨ ਪਏ ਗਿਆਰਵੀਂ ਵਾਲੇ ਦੇ ਲੱਗ ਭਾਗ ਗਏ ਉਹਨਾਂ ਥਾਵਾਂ ਨੂੰ ਜਿੱਥੇ ਚਰਨ ਪਏ ਮੇਰੇ ਮੁਰਸ਼ਦ ਦੇ ਲੱਗ ਭਾਗ ਗਏ ਉਹਨਾਂ ਥਾਵਾਂ ਨੂੰ ਸੱਚੀ ਗੇਜੋ ਪਹਿਲੀ ਵਾਰੀ ਮੈਂ ਪੀਰਾਂ ਦੇ ਦਰਬਾਰ ਤੇ ਆਈ ਹਾਂ ਪੀਰਾਂ ਦੇ ਦਰਸ਼ਨ ਕਰਕੇ ਮੈਨੂੰ ਤਾਂ ਬਹੁਤ ਚੰਗਾ ਲੱਗਾ ਮਨ ਨੂੰ ਸ਼ਾਂਤੀ ਆ ਗਈ ਆ ਗੇਜੋ ਨਾਲੇ ਕਵਾਲੀ ਸੁਣ ਕੇ ਤਾਂ ਆਨੰਦ ਹੀ ਆ ਗਿਆ ਸੱਚੀ ਗੱਲ ਆ ਭੈਣ ਤੇਰੀ ਇਹਨਾਂ ਪੀਰਾਂ ਦੀ ਬੜੀ ਰਹਿਮਤ ਆ ਗੇਜੋ ਲੱਖ ਦਾਤਾ ਜੀ ਸਭ ਦੀ ਝੋਲੀ ਭਰਦੇ ਨੇ ਜੋ ਮੰਗੋ ਉਹ ਸਭ ਕੁਛ ਮਿਲ ਜਾਂਦਾ ਹੈ ਹੋਰ ਨਹੀਂ ਤੇ ਕੀ ਤੂੰ ਵੀ ਇਹਨਾਂ ਦੀ ਸੇਵਾ ਕਰਕੇ ਦੇਖ ਘਰ ਨੂੰ ਭਾਗ ਲੱਗ ਜਾਣਗੇ ਐਵੇਂ ਥੋੜੀ ਇੰਨੀ ਦੁਨੀਆ ਪੂਜਦੀ ਆ ਗੇਜੋ ਗੱਲ ਤਾਂ ਤੇਰੀ ਠੀਕ ਹੈ ਨਾਲੇ ਸਿਆਣੇ ਕਹਿੰਦੇ ਨੇ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ ਪਰ ਮੇਰੇ ਘਰ ਦੇ ਨਹੀਂ ਮੰਨਦੇ ਪੀਰਾਂ ਨੂੰ ਸਹੀ ਕਿਹਾ ਭੈਣ ਪਰ ਸੁਣ ਮੇਰੀ ਗੱਲ ਤੂੰ ਜ਼ਰੂਰ ਲੋਕ ਦਿਖਾਵਾ ਕਰਨਾ ਘਰੇ ਬੈਠ ਕੇ ਇਹਨਾਂ ਦਾ ਨਾਮ ਧਿਆਇਆ ਕਰ ਤੇਰੀ ਹਰ ਆਸ ਮੁਰਾਦ ਪੂਰੀ ਹੋ ਜੂ ਮਨ 'ਚ ਸ਼ਰਧਾ ਚਾਹੀਦੀ ਆ ਇਹ ਗੁਰੂ ਪੀਰ ਔਖੀ ਵੇਲੇ ਵੜਦੇ ਨੇ ਹਾਂ ਇਹ ਤਾਂ ਠੀਕ ਹੈ ਗਿੱਜੋ ਮੰਮੀ ਤੁਸੀਂ ਅੱਜ ਪੀਰਾਂ ਦੇ ਦਰਬਾਰ 'ਚ ਗਏ ਸੀ ਤੁਹਾਨੂੰ ਕਿਹੋ ਜਿਹਾ ਲੱਗਾ ਧੀਏ ਸੱਚ ਜਾਣੇ ਮੈਨੂੰ ਉੱਥੇ ਜਾ ਕੇ ਇਉਂ ਲੱਗਾ ਜਿਵੇਂ ਮੈਂ ਕਿਸੇ ਜੰਨਤ ਵਿੱਚ ਆ ਗਈ ਹੋਵਾਂ ਸੱਚੀ ਮੇਰੇ ਮਨ ਨੂੰ ਸ਼ਾਂਤੀ ਜਿਹੀ ਆ ਗਈ ਸੱਚੀ ਮੰਮਾ ਹਾਂ ਹਾਂ ਮੇਰਾ ਤਾਂ ਉੱਥੋਂ ਆਉਣ ਨੂੰ ਜੀ ਨਹੀਂ ਸੀ ਕਰਦਾ ਦਿਲ ਕਰਦਾ ਸੀ ਕਿ ਮੈਂ ਦਰਬਾਰ ਦੀ ਸੇਵਾ ਕਰੀ ਜਾਵਾਂ ਹੁਣ ਵੀ ਵਾਰ ਵਾਰ ਉਹ ਸੀਨ ਮੇਰੀਆਂ ਅੱਖਾਂ ਮੋਰੇ ਘੁੰਮਦਾ ਕੋਈ ਗੱਲ ਨਹੀਂ ਮੰਮੀ ਗੇਜੋ ਚਾਚੀ ਨਾਲ ਫਿਰ ਕਿਸੇ ਦਿਨ ਜਾ ਆਇਓ ਹੁਣ ਤਾਂ ਮੈਂ ਜ਼ਰੂਰ ਜਾਵਾਂਗੀ ਨਾਲੇ ਚਿਰਾਗੀ ਤੇਲ ਵੀ ਪਾ ਕੇ ਆਵਾਂਗੀ ਅਤੇ ਨਾਲੇ ਨਿਆਜ਼ ਵੀ ਚੜਾਵਾਂਗੀ ਨਾਲੇ ਮੇਰਾ ਤਾਂ ਦਿਲ ਕਰਦਾ ਮੈਂ ਉਸ ਦਰਬਾਰ ਵਿੱਚ ਟਾਈਲਾਂ ਵੀ ਲਵਾਵਾਂ ਕੋਈ ਗੱਲ ਨਹੀਂ ਮੰਮੀ ਜੇ ਪੀਰਾਂ ਨੇ ਇਹ ਸੇਵਾ ਤੁਹਾਡੇ ਤੋਂ ਕਰਵਾਉਣੀ ਆ ਤਾਂ ਜ਼ਰੂਰ ਕਰਵਾਉਣਗੇ ਉੱਥੇ ਜਾ ਕੇ ਮੇਰੀ ਸਾਰੀ ਬੇਚੈਨੀ ਖਤਮ ਹੋ ਗਈ
मैं अपने आप नूं हल्का हल्का जिहा महसूस करदी हाँ। ठीक है मम्मी जी, जिवें तुहाडा दिल करदा उवें करियो, बस खुश रहा करो। साडी खुशी भी तुहाडी खुशी दे नाल ही है। मेरी लाडो राणी, धीए मैं भी तो तुहाडे करके ही जींदी हाँ, तुहाडे बिना मेरा है भी कौन। ठीक है मम्मी, तुसी दिल हौला ना करो, एवें सैड होके मूड खराब ना करो, असी तुहाडे नाल ही हाँ मम्मा। हे लख दाता लाला वालिया, तुहाडी सदा ही जय हो। हमेशा अपने बच्चियां ते मेर भरिया हाथ रखो, सुख शांति ते तंदुरुस्ती बख्शनी। हे मेरे पीर जी, असी भुलणहार हाँ, तुसी बख्शणहार हो। अपने बच्चियां दीआं भुल चुक गलतियां माफ़ करनियां। धन्नो पीर जी, धन्नो लख दाता जी, धन्नो तुसी, धन्नो पीर जी, धन्नो तुसी। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ। ਚਾਹ ਪਾਣੀ ਪੀਓਗੇ ਭੈਣ? ਨਹੀਂ ਨਹੀਂ ਭਾਅ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ ਤਾਂ ਬਿਪਨ ਭਾਅ ਜੀ, ਇਹ ਮੁੰਦੀ ਕਿੰਨੇ ਕੁ ਦੀ ਆ? ਕਿਉਂ, ਕੀ ਹੋਇਆ ਭੈਣ ਜੀ? ਕੁਝ ਨਹੀਂ ਭਾਅ ਜੀ, ਬਸ ਕੁਝ ਪੈਸਿਆਂ ਦੀ ਜ਼ਰੂਰਤ ਪੈ ਗਈ ਸੀ। ਇਹ ਮੁੰਦੀ ਕੋਈ 1850 ਰੁਪਏ ਦੀ ਹੈ। अच्छा, तुसी इंज करो, आ मुंदी रख लो, मैनू पैसे दे दियो। आ लो भैन जी पैसे, ते आ फड़ो मुंदी। बिपन पाजी, मुंदी क्यों? भैन जी तुसी केड़े उपरे हैं, मुंदी भी ले जाओ ते पैसे भी ले जाओ, जदों होंगे मुड़ जाइयो। तुसी अपनी गर्ज सारो, राजे होना नाल मेरा इन्ना प्यार है, मैं आपे उन्हां तो ले लूंगा। नहीं नहीं बिपन पाजी, मैं ऐदा पैसे नहीं लैने। तुसी पैसे कोल ही रखो, मैं वापस आने। बैठो तो सही, कुछ चाह पानी तो पी के जाओ। मैनू कोई होर काम याद आ गया, तुहाडा बहुत बहुत धन्यवाद। बिपन पाजी मुंदी रख नहीं रहा, जे पैसों का सरदार जी होना नू पता लग गया तो वह की सोचणगे कि इन्ने पैसे कित्थे खर्चे आ, घर तां होर कलेश पै जूगा। इस करके मैं बिपन भाजी कोल पैसे लैने ही नहीं। हे पीरा, मैं तां इन्हां पैसों दीआं तुहाडे दरबार च टाइलां लवाउणियां सी। चलदी आ।
दे नालों ज्यादा इत्ते पैसे नू प्यार है दस मैनू रब्बा तेरा इयो संसार है बंदे नालों ज्यादा इत्ते पैसे नू प्यार है दस मैनू रब्बा तेरा इयो संसार है इस दुनिया ने तोड़ ले जिम जेदा जी कीता उस तरह जोड़ ले तेरे गंदे नाते इस दुनिया ने तोड़ ले जिमे जेदा जी कीता उस तरह जोड़ ले प्यार दी ता दिलां विच प्यार दी ता दिलां विच लोड़ियां दिखार है बंदे नालों ज्यादा इत्ते पैसे नू प्यार है दस मैनू रब्बा तेरा इयो संसार है लुट्टा खोहा ठगी ठोरियां अकलां ते शकलां भी नशियां ने खोरियां वध गए जुलम लुट्टा खोहा ठगी ठोरियां अकलां ते शकलां भी नशियां ने खोरियां मना विच हैंकड़ मना विच हैंकड़ ते होमे हंकार है बंदे नालों ज्यादा इत्ते पैसे नू प्यार है दस मैनू रब्बा तेरा इयो संसार है आप ही तू वेख रब्बा अखियां नू खोल के खुला सरहाले वाला की दसे बोल के आप ही तू देख रब्बा अखियां नू खोल के लखां लोकी हुंदे लखां लोकी हुंदे एथे खजल खवार है बंदे नालों ज्यादा इत्ते पैसे नू प्यार है दस मैनू रब्बा तेरा इयो संसार है हैं ये की करिश्मा है ये फकीर कौन से कित्थों आया ते कित्थे अलोप हो गया फकीर दा बोलिया एक एक बोल मेरे दिल दियां गहराइयां नू छू गया इउं लगदा सी जिवें ओह मैनू ही कुछ कह रहा होवे किते इस फकीरी भेस विच मेरे लख दा तां पीर तां नहीं सी हे मेरे दातिया मैं निमाणी की जाना तेरे रंगा नू तू सब जानी जाने सलाम पीरा मेरा सलाम है तुहानू Thank you.
हे लख दाता लाला वालिया, मैं अपने सरदार जी दे ए पैसे चोरी करके पुन कर रही हाँ जा पाप कर रही हाँ, ये मैनू नहीं पता। तुसी खुद जानी जानो ये चोरी मैं नेक इरादे नाल कर रही हाँ। मेरे मन की इच्छा है कि मैं आप जी दे दरबार से सोहनिया सोहनिया टाइलां लवावां, पर मेरे कोल पैसे जुड़ नहीं रहे। जदों कितें मेरे हाथ में पैसे आए मैं इन्ने ही पैसे इत्थे वापस रख देंगी। हे मेरे पीर जी, हुण मैनू जरूर माफ़ कर दिओ। सलाम। ਹਰਦੇਵ ਬਾਈ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਆ? ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਹੋਰ ਸੁਣਾ ਰਣਜੀਤ ਸਿੰਘ, ਕਿੱਦਾਂ ਹਾਲ ਤੇਰਾ? ਠੀਕ ਹੈ ਬਾਈ। ਉਹ ਕਮਲ, ਹਾਂਜੀ ਹਾਂਜੀ, ਜਾ ਕੁਰਸੀ ਲੈ ਕੇ ਆ, ਰਣਜੀਤ ਸਿੰਘ ਮੇਰਾ ਭਰਾ ਆ। ਠੀਕ ਹੈ ਜੀ। ਹੋਰ ਸੁਣਾ, ਕਿਵੇਂ ਆ? ਠੀਕ ਹੈ ਬਾਈ, ਸਭ ਠੀਕ ਠਾਕ ਹੈ। ਤੂੰ ਆਪਣਾ ਸੁਣਾ। ਆ ਬੈਠ ਇੱਥੇ। ਹਲੋ ਚਾਚਾ ਜੀ, ਕਿਵੇਂ ਆ ਤੂੰ ਬਾਈ? ਬਸ ਠੀਕ ਠਾਕ ਹੀ ਆ, ਕਿਰਪਾ ਮਾਲਕ ਦੀ। ਦਲਜੀਤ ਬੇਟੇ, ਉਹ ਲੱਸੀ ਲੈ ਗਿਆ ਆਪਣਾ ਭਰਾ ਆ ਰਣਜੀਤ ਸਿੰਘ। ਉਹ ਟੇਬਲ ਲੈ ਗਿਆ ਯਾਰ। ਅੱਛਾ ਜੀ, ਹੋਰ ਸੁਣਾ, ਕਿੱਦਾਂ ਤੇਰਾ ਗੇੜਾ ਲੱਗ ਗਿਆ? ਬਸ ਲੰਘ ਰਿਹਾ ਸੀ। ਅੱਛਾ, ਮੈਂ ਸੋਚਿਆ ਮਿਲਦਾ ਹੀ ਚਲਾਂ। ਅੱਛਾ, ਨਾਲੇ ਤੇਰੇ ਨਾਲ ਇਹ ਗੱਲ ਕਰਨੀ ਸੀ। ਹਾਂ ਹਾਂ ਯਾਰ, ਤੁਸੀਂ ਬੇਲਣਾ ਕਦੋਂ ਚਲਾਉਣਾ? ਗੁੜ ਤੇ ਸਾਨੂੰ ਸ਼ੱਕਰ ਚਾਹੀਦੀ ਸੀ। ਉਹ ਬਸ ਤਿਆਰੀ ਆ ਰਣਜੀਤ ਸਿੰਘ, ਜਿੱਦਣ ਬੇਲਣਾ ਚੱਲਿਆ ਤੈਨੂੰ ਸੁਨੇਹਾ ਕਰ ਦਿਆਂਗੇ। ਅੱਛਾ ਅੱਛਾ, ਠੀਕ ਹੈ ਬਾਈ। ਉਹ ਲਿਆ ਬੇਟਾ, ਲੱਸੀ ਲੈ ਕੇ ਆਓ। ਆ ਗਈ। ਉਹ ਚੰਗਾ ਬਾਈ, ਮੈਂ ਚੱਲ। ਉਹ ਬਹਿ ਜਾ ਬਹਿ ਜਾ, ਲੱਸੀ ਪੀ ਕੇ ਜਾਈ। ਚਲੋ, ਹੋਰ ਠੀਕ ਆ? ਲਿਆ, ਮੈਂ ਦੇ ਦਿੰਦਾ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ ਪੁੱਤਰ, ਸਤਿ ਸ਼੍ਰੀ ਅਕਾਲ। ਹੋਰ, ਬੜੇ ਚਿਰਾਂ ਬਾਅਦ ਗੇੜਾ ਮਾਰਿਆ? ਬਸ ਟਾਈਮ ਨਹੀਂ ਲੱਗਦਾ ਕੰਮ 'ਚ, ਕੰਮ 'ਚ ਟਾਈਮ ਨਹੀਂ ਲੱਗਦਾ। ਬਸ ਇੱਦਾਂ ਹੀ ਅੱਜ ਬਸ ਆ ਹੋ ਗਿਆ, ਗੁੜ ਅਤੇ ਸ਼ੱਕਰ ਚਾਹੀਦੀ ਸੀ। ਅੱਛਾ ਅੱਛਾ, ਮੈਂ ਕਿਹਾ ਬਾਈ ਨੂੰ ਪੁੱਛਦੇ ਹਾਂ ਬੇਲਣਾ ਕਦੋਂ ਚਲਾਉਣਾ। ਚੱਲ ਕੋਈ ਨਹੀਂ, ਉਹ ਤਾਂ ਮਿਲ ਜੂਗਾ ਗੁੜ ਤੈਨੂੰ। ਅੱਛਾ 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 ਅੱਛਾ, ਹੋਰ ਸੁਣਾ ਬਈ ਕਾਕੇ। ਹਾਂਜੀ, ਕੀ ਕਰਦਾ ਹੁਣ ਅੱਜ ਕੱਲ੍ਹ, ਕੰਮ ਕਿਵੇਂ ਚੱਲਦਾ? ਕੰਮ ਆਪਣਾ ਠੀਕ ਆ ਜੀ। ਚਲੋ, ਸ਼ੁਕਰ ਹੈ ਪਰਮਾਤਮਾ ਦਾ। ਹਾਂਜੀ ਹਾਂਜੀ, ਸ਼ੁਕਰ ਹੈ। ਪੜ੍ਹਾਈ ਤਾਂ ਪੂਰੀ ਕਰਨੀ ਖਰਿਆ ਤੂੰ? ਹਾਂਜੀ ਹਾਂਜੀ ਹਾਂਜੀ। ਉਹ ਲੱਸੀ ਵੀ ਪੀ ਚੱਲੋ। ਉਹ ਲੈ ਬਈ, ਉਹ ਕੋਈ ਨਹੀਂ ਕੋਈ ਨਹੀਂ, ਉਹ ਪੀ ਤਾਂ ਸਹੀ ਤੂੰ। ਉਹ ਪੀਲਾ ਪੀਲਾ ਤੂੰ। ਬਸ ਬਸ ਬਸ, ਦਰਅਸਲ ਮੈਂ ਘਰੋਂ ਚਾਹ ਪੀ ਕੇ ਆਇਆ ਸੀ, ਰੋਟੀ ਖਾ। ਅੱਛਾ ਅੱਛਾ, ਇਹ ਤਾਂ ਮੈਂ ਤਾਂ ਪਵਾਇਆ ਬਈ, ਬਾਈ ਕੋ ਆਇਆ, ਬਾਈ ਨੂੰ ਨਾ ਨਹੀਂ ਕਰਨੀ। ਉਹ ਕੋਈ ਨਹੀਂ, ਮੈਂ ਤੈਨੂੰ ਅੱਗੇ ਕਦੋਂ ਨਾ ਕੀਤੀ ਆ। ਕੀ ਹੋਇਆ ਬਾਈ? ਠੀਕ ਹੈ ਠੀਕ ਹੈ ਠੀਕ ਹੈ। ਹੋ ਗਿਆ,
रोशन नु आवाज मार, डॉक्टर नु बुला के लिया वे। जा रोशन हो गया है रब्बा। रोशन कमल पुत्र, बाजी उठो, तुसी उठो, पता नहीं की हो गया सरदार जी नु। कमल पुत्र रोशन, रोशन छेती अब बज के। हां जी आया, छेती अब बज के। पापा उन्होंने पता नहीं की हो गया, छेती है छेती। कमल उन्होंने पता नहीं की हो गया। की होया दलजीत? रोशन, रोशन जा बज के डॉक्टर नु बुला के। पता नहीं की हो गया पापा उन्होंने, बस लस्सी पीती सी। अब देखते देखते पता नहीं की फाड़ा वर्त गया। सरदार जी उल्टे ही करे जाते ने। जा जा भज के डॉक्टर नु बुला के ले गया। जा रोशन, जा भज के ले गया बुला के। आजो, आजो डॉक्टर साहब, आजो, आजो डॉक्टर साहब, आजो। सशिका डॉक्टर साहब। सशिका, सशिका, देखियो इन्हें की हो गया। की गल हो गई इन्हें? पता नहीं लस्सी पीती सी। कदों दी पीती है? बस हुने पीती सी, तुसी इन्हें चेक करियो। उस तो बाद उल्टी आई सी इन्हें। फिकर ना करो, मैं इन्हें हुने चेक करके देखदा। सरदार जी, सरदार जी तुसी ठीक हो जाना। देखो डॉक्टर साहब आ गए, परमात्मा भली करेगा, तुहानू कुछ नहीं होना। हे मेरे मालका, हे मेरे मालका, मेर करी, मेर करी मेरे मालका। इन्हों की होया डॉक्टर साहब? बस इन्होंने लस्सी पीती सी, पता नहीं उल्टियां कीतियां, बस पता नहीं की हो गया डॉक्टर साहब जी। मैनू लगता कि इस लस्सी दे विच जहर सी। मैं इन्हां तिन्हां दे टीके लगा दिते। तुसी ये जिहड़ी दवाई है ना, दोनों गोलियां घंटे घंटे बाद इन्हां तिन्हां नूं दिंदे जाओ। जे ढाई घंटिया तक इन्हां नूं होश आ गई तो यह दवाई देना समझ लो ठीक है, जे ना आई तो इन्हां नूं किसी वड्डे हस्पताल लैके जाना पवेगा। ठीक है डॉक्टर साहब, ठीक तो हो जाएंगे ना? भैन जी घबराओ ना, मैं अपने वालों बहुत बढ़िया दवाई दिती है। ठीक है जी, परमात्मा भली करेगा। मैं अपने वालों तो दवाई दे दिती है, बाकी तुसी रब कोल भी दुआ करो। हे मेरे मालका, मेर करे। धन्यवाद डॉक्टर साहब। अच्छा जी, सत श्री अकाल। सत श्री अकाल। मम्मी एक मिनट इधर आयो। हाँ मेरे बच्चे। मम्मी तुसी पीरां दी इन्नी सेवा कर दे हो। हाँ मेरे बच्चे, एक बार तुसी उन्हां दे दरबार ते जाके अरदास करके आओ। नाले नाले तुसी आप ही तां कहंदे हो दुआ नालों दुआ ज्यादा असर करती। हाँ मेरे बच्चे, हाँ मेरी धीए, हाँ मेरे बच्चे, मैं हुणे पीरां ते दरबार ते जाके दुआ करके आउनी आ। तू तू इन्हां सब दा ख्याल रखी मेरा बच्चा। मैं हुणे आई, मैं आई। हाँ जी मम्मा जी, मैं आई बस। I'm falling.
ना माता, मेरा अल्लाह ताला सब ठीक कर देगा। एक ही में हो गया बाबा जी, कुछ पता ही नहीं चलिया। माता, तेरे शरीका ने तेरी लस्सी वाली चाटी विच जहर मिला दिता सी, इस करके लस्सी पीण नाल ही ए सारा कुछ होया। हुण तू पीर लख दाता दे दर ते दुआ कीती है ते तेरी दुआ दरगाह विच प्रवान हो गई है। आ ले प्रसाद, थोड़ा जिहा आप खा लई ते थोड़ा थोड़ा बाकियां दे मूँह नूं ला देवी, मेरा अल्लाह ताला भली करेगा, किसे दा भी वाल विंगा नहीं होएगा, सब ठीक हो जाणगे, किते जाण दी लोड़ नहीं, जा मौजा कर। हुण ते इत्थे सी, किधर गए बाबा जी? जय लख दाता जी, जय पीरा, जय पीरा। प्रसाद लियाई, हे लख दाता जी, हे पीर जी, इन्हां नूं तंदुरुस्त कर दिओ। मेरे लख दाता जी, इन्हें सारियां नूं ठीक करो, मेरे वीर जी, इन्हें सारियां नूं ठीक करो। तुसी ठीक करना वीर जी, इन्हें सारियां नूं तुसी ठीक करना वीर जी, मेरे लख दाता जी। शुक्र है, शुक्र है, शुक्र है मेरे लख दाता जी, धन्यवाद। पापा ठीक हो गए, जी देख कमल ठीक हो गया, देख सारे ठीक हो गए, सारे ठीक हो गए। कमल 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 तू ठीक है बुत? पाजी तुसी ठीक हो ना? शुक्र है, शुक्र है, शुक्र है पीर जी, शुक्र है। भैन सुरजीत, जो तू मैनू पैसे दिते सी ना, वो मैं सब दरबार दे सेवादारा नू दे दिते आ। तेरे मन दी इच्छा पूरी हो गई आ, उना सेवादारा ने दरबार विच टाइलां लगवा दित्तियां ने। शुक्र है मेरे पीरां दा, मैं कौन हुंदी आं टाइलां लवाउण वाली, गिज्जो इह तां सारी उना दी किरपा है। वाकई तेरी सेवा दा मेवा भैन तेनू जरूर मिलूगा। ओ दिया ओयो जाने, मैं ता बस उना दी मुरीद आ। चंगा भैन, मैं हुण चलदी आ, मैनू अज ही सेवादारा ने दस्या सी, मैं क्या मैं आप ही जाके सुरजीत भैन नू दस के आनी आ। धन्नवाद तेरा गिजो, धन्नवाद, अपना इस गल दा पड़दा पड़दा ही रवे। फिकर ना कर भैन, ए गल तेरे ते मेरे विच ही रहूगी। चंगा मैं चलदी आ। धन है तू पीरा, धन है लख दाता लाला वालिया, तेरी सदा ही जय। पीर गौस पाक जी, तुहाडी सदा ही जय। मम्मी, मम्मी, मम्मी किथे आ? मम्मी वे इत्थे ही आ, आ गया मेरा पुत, बड़ा खुश नजर आना आ। हाँ माँ, गल ही कोई एहो जी आ, लगदा तुहाडी पीरा ने फरियाद सुन ली, तुहाडी सेवा सफल हो गई। वे की गल आ, माँ नूं वी दस दे कुछ। एवें नहीं, पहला मूँह मिठा करा। अच्छा, वी एहो जी केड़ी गल आ? एदां नहीं मैं दसदा। चंगा चंगा। ले तो मेरा पुत, मुंह मिठा कर, हुण दस मैनू की गल आ। ले मां, पहला तू कर।
ਲੈ ਹੁਣ ਮੈਂ ਕਰਦਾ। ਹੁਣ ਦੱਸ ਮੇਰਾ ਪੁੱਤ ਕੀ ਗੱਲ। ਏ ਆ ਦੇਖ ਮਾਂ ਕਿਹੋ ਜਿਹਾ ਲੱਗਦਾ ਮੁੰਡਾ। ਇਹ ਕੌਣ ਕਿਹਦੀ ਹੈ ਫੋਟੋ? ਮਾਂ ਇਹ ਫੋਟੋ ਮੇਰੇ ਦੋਸਤ ਨੇ ਦਿੱਤੀ ਆ। ਇਹ ਉਸਦੇ ਰਿਸ਼ਤੇਦਾਰੀ ਚੋਂ ਮੁੰਡਾ ਆ, ਇੰਗਲੈਂਡ ਤੋਂ ਆਇਆ, ਨਾਲੇ ਉੱਥੇ ਪੱਕਾ ਆ। ਕਹਿੰਦਾ ਸੀ ਆਪਾਂ ਆਪਣੀ ਦਲਜੀਤ ਭੈਣ ਦਾ ਰਿਸ਼ਤਾ ਇਹਦੇ ਨਾਲ ਕਰ ਦਿੰਦੇ ਹਾਂ। ਮੈਨੂੰ ਤਾਂ ਪਸੰਦ ਆ। ਜੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗੇ ਆਪਾਂ ਕੱਲ੍ਹ ਹੀ ਜਾ ਕੇ ਦੇਖ ਦਿਖਾਈਏ ਨਾ ਘਰ ਆਈਏ। ਨਾਲੇ ਉਹਨਾਂ ਨੇ ਦਾਜ ਵਿੱਚ ਵੀ ਕੁਝ ਨਹੀਂ ਲੈਣਾ ਦੇਣਾ, ਸਾਰਾ ਖਰਚਾ ਵੀ ਆਪ ਹੀ ਕਰਨਗੇ। ਮੁੰਡਾ ਤਾਂ ਸੋਹਣਾ ਲੱਗਦਾ ਆ। ਹਾਂਜੀ, ਉਹਨਾਂ ਦੀ ਸੋਚ ਵੀ ਚੰਗੀ ਲੱਗਦੀ ਆ। ਮੈਂ ਤੇਰੇ ਬਾਪੂ ਨਾਲ ਗੱਲ ਕਰਾਂਗੀ, ਜਿਵੇਂ ਉਹ ਕਹਿਣਗੇ ਆਪਾਂ ਕਰ ਲਾਂਗੇ। ਨਾਲੇ ਦਲਜੀਤ ਨੂੰ ਵੀ ਆਪਾਂ ਪੁੱਛ ਲੈਂਦੇ ਹਾਂ, ਉਹਨੂੰ ਵੀ ਪਸੰਦ ਆਉਣਾ ਚਾਹੀਦਾ ਨਾ। ਠੀਕ ਆ ਮੰਮੀ, ਤੁਸੀਂ ਜਿਵੇਂ ਕੰਨਾ ਕਰ ਲਿਓ, ਮੇਰੇ ਵੱਲੋਂ ਤਾਂ ਓਕੇ ਆ। ਹੁਣ ਮੈਨੂੰ ਦਿਓ ਰੋਟੀ, ਬੜੀ ਭੁੱਖ ਲੱਗੀ ਆ, ਮੈਂ ਕੱਪੜੇ ਚੇਂਜ ਕਰਕੇ ਆਉਂਦਾ। ਠੀਕ ਹੈ, ਮੈਂ ਲਿਆਈ ਹੁਣੀ ਰੋਟੀ। ਸ਼ੁਕਰ ਆ ਮੇਰੇ ਪੀਰਾ, ਤੇਰੀਆਂ ਤੂੰ ਹੀ ਜਾਣੇ, ਕਿਤੇ ਇਸ ਗਰੀਬਣੀ ਦੀ ਵੀ ਸੁਣੀ, ਇਹ ਕਾਰਜ ਵੀ ਤੂੰ ਆਪ ਹੀ ਸਵਾਰਨੇ ਆ। ਧੰਨ ਏ ਪੀਰਾ, ਧੰਨ ਏ ਤੂੰ। ਪੜਾ ਕਿੱਦਾਂ? ਵਾਹ ਬਈ ਤੇਜਾ, ਕੀ ਹਾਲ ਆ ਤੇਰਾ? ਮੇਰੀ ਪੈਣਾ ਫੁੱਫੜਾ, ਭੂਆ ਕਿੱਦਾਂ? ਮੇਰੀ ਪੈਣਾ ਜਿਉਂਦਾ ਰਹੇ ਤੇਜਾ। ਕੁਰਸੀ ਲੈ ਕੇ ਆਉਣਾ ਫੁੱਫੜਾ, ਬੈਠ ਕਿਹੜੀ ਗੱਲ ਆ, ਲੈ ਕੇ ਆਉਣਾ ਚੱਕ ਕੇ। ਇੱਧਰ ਆ ਜਾ ਤੂੰ, ਇੱਧਰ। ਹੋਰ ਸੁਣਾਓ ਕਿੱਦਾਂ? ਹਾਂ ਠੀਕ ਆ, ਵਧੀਆ। ਤੂੰ ਸੁਣਾ ਕਿੱਦਾਂ? ਠੀਕ ਠਾਕ ਆ, ਵਧੀਆ। ਹੋਰ ਭੂਆ ਕਿੱਦਾਂ? ਠੀਕ ਆ ਤੇਜਿਆ, ਤੂੰ ਸੁਣਾ। ਬਸ ਠੀਕ ਠਾਕ ਆ, ਟਾਈਮ ਪਾਸ ਹੋਈ ਜਾਂਦਾ। ਨਾ ਭੂਆ, ਸਾਡੀ ਭੈਣ ਦਾ ਵਿਆਹ, ਤੂੰ ਸਾਡੇ ਤੋਂ ਚੋਰੀ ਚੋਰੀ ਕਰਨ ਲੱਗੀ ਆ, ਕੀ ਗੱਲ? ਵੀ ਤੇਜਿਆ ਕੀ ਦੱਸਾਂ, ਤੂੰ ਕਿਵੇਂ ਆ ਗਿਆ? ਤੇਰੇ ਮੰਮੀ ਡੈਡੀ ਨੇ ਤਾਂ ਆਉਣ ਤੋਂ ਨਾ ਕਰ ਦਿੱਤੀ ਸੀ। ਬਾਕੀ ਰਿਸ਼ਤੇਦਾਰ ਵੀ ਪਤਾ ਨੀ ਕਿਉਂ ਮੂੰਹ ਫਲਾਈ ਫਿਰਦੇ ਆ, ਉਹਨਾਂ ਨੇ ਵੀ ਆਉਣ ਤੋਂ ਨਾ ਕਰ ਦਿੱਤੀ। ਉਹ ਭੂਆ, ਉਹ ਜੋ ਮਰਜ਼ੀ ਕਰਨ, ਆਉਣ ਚਾਹੇ ਨਾ ਆਉਣ, ਪਰ ਮੈਂ ਤਾਂ ਆਪਣੀ ਭੈਣ ਦੇ ਸ਼ਗਨ ਵਿਹਾਰ ਜ਼ਰੂਰ ਕਰੂੰਗਾ। ਚੂੜਾ ਪਾਊਂਗਾ ਚੂੜਾ, ਮੈਨੂੰ ਨੀ ਕਿਸੇ ਦੀ ਪਰਵਾਹ। ਜਿਉਂਦਾ ਰਹਿ ਪੁੱਤ, ਤੇਰੀ ਗੱਲ ਸੁਣ ਕੇ ਤਾਂ ਮੇਰਾ ਕਿਲੋ ਖੂਨ ਵੱਧ ਗਿਆ। ਉਹ ਭੂਆ, ਹੁਣ ਤਾਂ ਮੈਂ ਆ ਗਿਆ, ਪਰਵਾਹ ਨਾ ਕਰ ਕਿਸੇ ਗੱਲ ਦੀ। ਜਿਹੜੇ ਕੰਮ ਕਰਨੇ ਆ ਮੈਨੂੰ ਦੱਸੋ, ਮੈਂ ਕਰੂੰਗਾ। ਕਮਲਜੀਤ ਕੱਲਾ ਨੀ, ਮੈਂ ਵੀ ਉਹਦਾ ਭਰਾ, ਉਹਦੇ ਨਾਲ ਆ। ਉਹ ਤੇਜਾ, ਤੇਰੇ ਤੇ ਮਾਣ ਆ ਸਾਨੂੰ ਪੁੱਤਰਾ। ਉਹ ਫੁੱਫੜਾ, ਅਸੀਂ ਵੀ ਤੇਰੇ ਨਾਲ ਹੀ ਆ। ਠੀਕ ਆ ਠੀਕ ਆ, ਤੇਰੇ ਹੁੰਦੇ ਸਾਨੂੰ ਕਾਹਦਾ ਫਿਕਰ। ਉਹ ਤੇਜੇ ਪੁੱਤ, ਭੈਣ ਦੇ ਚੂੜਾ ਤੂੰ ਹੀ ਪਾ ਦੇ, ਤੇ ਮਾਮੇ ਦੀ ਮਿਲਣੀ ਸੁਖਵਿੰਦਰ ਸਰਪੰਚ ਤੋਂ ਕਰਵਾ ਦੇਣੀ ਆ। ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਆ, ਉਹ ਮੇਰਾ ਧਰਮ ਦਾ ਭਰਾ ਆ। ਸਿਆਣੇ ਕਹਿੰਦੇ ਆ, ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦਾ ਰੱਬ ਹੁੰਦਾ ਆ, ਨਾਲੇ ਮੇਰੇ ਪੀਰ ਤਾਂ ਮੇਰੇ ਨਾਲ ਹੀ ਨੇ। ਉਹ ਭੂਆ, ਐਵੇਂ ਦਿਲ ਨਾ ਹੋਲਾ ਕਰ, ਫਿਕਰ ਨਾ ਕਰ। ਆਪਾਂ ਦਲਜੀਤ ਭੈਣ ਦਾ ਵਿਆਹ ਬੜੀ ਧੂਮ ਧਾਮ ਨਾਲ ਕਰਾਂਗੇ। ਕਿਉਂ ਫੁੱਫੜਾ, ਠੀਕ ਆ? ਠੀਕ ਆ ਠੀਕ ਆ ਪੁੱਤਰਾ, ਜਿਉਂਦਾ ਰਹਿ ਮੇਰਾ ਪੁੱਤ, ਜਿਉਂਦਾ ਰਹਿ ਮੇਰਾ ਪੁੱਤ, ਰਾਜੀ ਰਹਿ।
ਸ਼ੁਕਰ ਹੈ ਮੇਰੀ ਭੈਣ ਘਰੇ ਹੀ ਆ। ਲੈ ਧੰਨ ਪਾਗ ਦੇਬੋ, ਅੱਜ ਤੇਰਾ ਇੱਧਰ ਕਿਵੇਂ ਆਣਾ ਹੋ ਗਿਆ ਹੈ? ਹੋਰ ਸਭ ਠੀਕ ਠਾਕ ਆ? ਹੋਰ ਠੀਕ ਠਾਕ ਹੈ। ਅੱਛਾ ਅੱਛਾ ਜੀ, ਆਇਆਂ ਨੂੰ ਬੈਠੋ ਇੱਥੇ। ਹੋਰ ਸੁਣਾਓ, ਘਰ ਸਭ ਠੀਕ ਠਾਕ ਨੇ? ਠੀਕ ਹੈ, ਤੂੰ ਦੱਸ ਕੀ ਹਾਲ ਚਾਲ ਹੈ? ਹਾਂ ਅਸੀਂ ਵੀ ਠੀਕ ਹਾਂ। ਹੋਰ ਫੇਰ ਤੂੰ ਦੇਬ ਭੈਣ ਬੈਠ, ਮੈਂ ਤੇਰੇ ਲਈ ਚਾਹ ਪਾਣੀ ਲੈ ਕੇ ਆਵਾਂ। ਨਹੀਂ ਨਹੀਂ ਨਹੀਂ, ਘਰੋਂ ਮੈਂ ਸਭ ਕੁਝ ਖਾ ਪੀ ਕੇ ਆਈ। ਨਹੀਂ ਨਹੀਂ ਕੋਈ ਨਹੀਂ, ਮੈਂ ਲੈ ਕੇ ਆਉਂਦੀ। ਨਹੀਂ ਤੂੰ ਬੈਠ, ਮੇਰੇ ਨਾਲ ਗੱਲਾਂ ਬਾਤਾਂ ਕਰ। ਅੱਛਾ, ਮੈਂ ਕਿਹਾ ਤੂੰ ਤਾਂ ਧੀ ਦੇ ਵਿਆਹ ਤੇ ਸੱਦਿਆ ਨਹੀਂ, ਮੈਂ ਕਿਹਾ ਮੈਂ ਆਪ ਹੀ ਵਧਾਈਆਂ ਦੇ ਆਉਂਦੀ ਹਾਂ। ਵਧਾਈਆਂ ਤੈਨੂੰ ਧੀ ਦੇ ਵਿਆਹ ਦੀਆਂ। ਸਵਾ ਵਧਾਈਆਂ ਭੈਣ, ਤੈਨੂੰ ਵੀ ਸਵਾ ਵਧਾਈਆਂ। ਹੋਰ ਦੇਬੋ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਆ, ਸਾਡੇ ਘਰ ਦੇ ਹਾਲਾਤ ਕਿਵੇਂ ਜੇ ਆ? ਸੱਚ ਦੱਸਾਂ, ਮੈਂ ਕਿਸੇ ਨੂੰ ਨਹੀਂ ਸੱਦਿਆ, ਪਰ ਜਿਨ੍ਹਾਂ ਨੂੰ ਸੱਦਿਆ ਉਹ ਆਏ ਨਹੀਂ। ਚਲੋ ਕੋਈ ਗੱਲ ਨਹੀਂ, ਜੋ ਕਿਸਮਤ ਚ ਲਿਖਿਆ ਉਹੀ ਹੋਣਾ। ਹੋਰ ਸੁਣਾ, ਵਿਆਹ ਸੋਹਣਾ ਹੋ ਗਿਆ? ਹਾਂ। ਰਿਸ਼ਤੇਦਾਰ ਚੰਗੇ ਮਿਲ ਗਏ ਤੈਨੂੰ? ਹਾਂ ਹਾਂ, ਬਹੁਤ ਵਧੀਆ ਸਾਰਾ ਪਰਿਵਾਰ। ਸੱਚ ਦੱਸਾਂ ਦੇਬੋ, ਰਿਸ਼ਤੇਦਾਰ ਵਾਲੇ ਚੰਗੇ ਨੇ। ਅੱਛਾ, ਜਿੰਨੀ ਤਾਰੀਫ ਕਰਾਂ ਉਨੀ ਥੋੜੀ ਆ ਉਹਨਾਂ ਵਾਸਤੇ। ਮੇਰਾ ਕਾਰਜ ਮੇਰੇ ਪੀਰਾਂ ਨੇ ਆਪ ਸੰਭਾਲਿਆ। ਮੈਂ ਤਾਂ ਪੀਰਾਂ ਨੂੰ ਕੋਟ ਕੋਟ ਪ੍ਰਣਾਮ ਕਰਦੀ ਆ। ਚਲੋ ਸ਼ੁਕਰੀਆ ਪਰਮਾਤਮਾ ਦਾ। ਦੇਬੋ, ਮੈਂ ਤਾਂ ਤੇਰਾ ਵੀ ਨਹੀਂ ਦੇਣ ਦੇ ਸਕਦੀ, ਤੂੰ ਵੀ ਮੇਰੀ ਬਹੁਤ ਮਦਦ ਕੀਤੀ ਆ, ਮੇਰੇ ਬੱਚਿਆਂ ਦਾ ਹਰ ਕੜੀ ਹਰ ਪਲ ਖਿਆਲ ਰੱਖਿਆ। ਤੂੰ ਤਾਂ ਮੈਨੂੰ ਸਕੀਆਂ ਭੈਣਾਂ ਤੋਂ ਵੀ ਜ਼ਿਆਦਾ ਆ ਭੈਣ। ਨਹੀਂ ਨਹੀਂ, ਇਹ ਤਾਂ ਪਿਆਰ ਨੂੰ ਪਿਆਰ ਆ, ਤੂੰ ਵੀ ਤਾਂ ਬਹੁਤ ਚੰਗੀ ਆ ਸਰਜੀਤ ਕੋਰੇ। ਚੰਗਾ, ਤੂੰ ਬੈਠ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣੀ, ਨਾਲੇ ਤੇਰਾ ਮੂੰਹ ਮਿੱਠਾ ਕਰਵਾਉਣੀ ਆ। ਭੈਣੇ ਮੂੰਹ ਮਿੱਠਾ ਕਰਵਾ ਦੇ, ਚਾਹ ਮੈਂ ਫੇਰ ਪੀਵਾਂਗੀ, ਅੱਜ ਮੈਨੂੰ ਕਾਹਲੀ ਆ, ਮੈਂ ਤਾਂ ਵਧਾਈਆਂ ਦੇਣ ਆਈ ਸੀ, ਬਾਕੀ ਗੱਲਾਂ ਆਪਾਂ ਬੈਠ ਕੇ ਫੇਰ ਕਰਾਂਗੇ। ਲੈ ਕਰ ਮੂੰਹ ਮਿੱਠਾ, ਨਾਲੇ ਤੈਨੂੰ ਵੀ ਬਹੁਤ ਸਾਰੀਆਂ ਵਧਾਈਆਂ ਆਪਣੇ ਧੀ ਦੇ ਵਿਆਹ ਦੀਆਂ। ਦੇਬੋ, ਤੂੰ ਤਾਂ ਜਦੋਂ ਆਉਣੀ ਆ ਤਵੇ ਤੇ ਰੋਟੀ ਪਾ ਕੇ ਆਉਣੀ ਆ, ਇੰਨੀ ਕਾਹਲੀ ਨਾ ਕਰਿਆ ਕਰ, ਕਦੇ ਦੋ ਘੜੀਆਂ ਬਹਿ ਵੀ ਜਾਇਆ ਕਰ ਮੇਰੇ ਕੋਲ। ਹਾਂ ਹਾਂ, ਮੈਂ ਫੇਰ ਜ਼ਰੂਰ ਟਾਈਮ ਕੱਢ ਕੇ ਆਉਂਗੀ। ਹਾਂ ਸੱਚ, ਕੱਲ ਨੂੰ ਸ਼ਾਹਕੋਟ ਤੋਂ ਪੀਰ ਨਗਾਹੇ ਲੱਖ ਦਾਤਾ ਜੀ ਦੇ ਦਰਬਾਰ ਤੇ ਸੰਗਤਾਂ ਨੇ ਮੱਥਾ ਟੇਕਣ ਜਾਣਾ, ਜੇ ਤੂੰ ਵੀ ਜਾਣਾ ਸਵੇਰੇ ਤਿਆਰ ਹੋ ਕੇ ਆ ਜੀ, ਆਪਾਂ ਦੋਨੋਂ ਭੈਣਾਂ ਜਾਵਾਂਗੇ। ਹਾਂ ਹਾਂ, ਮੈਂ ਕਰਾਂਗੀ ਘਰਦਿਆਂ ਨਾਲ ਗੱਲ। ਚੰਗਾ, ਮੈਂ ਚੱਲਦੀ ਆ, ਤੂੰ ਬੈਠ। ਚੰਗਾ ਚੰਗਾ। ਸਰਦਾਰ ਜੀ, ਇੱਕ ਗੱਲ ਆਖਾਂ। ਹਾਂ ਸਰਜੀਤ ਕੋਰੇ, ਇੱਕ ਨਹੀਂ ਭਾਵੇਂ ਦੋ ਪੁੱਛ। ਕੱਲ ਸ਼ਾਹਕੋਟ ਤੋਂ ਬੱਸ ਜਾਣੀ ਆ ਪੀਰ ਨਗਾਹੇ, ਜੇ ਤੁਸੀਂ ਆਖੋ ਤਾਂ ਮੈਂ ਮੱਥਾ ਟੇਕ ਆਵਾਂ। ਮੈਂ ਕੀ ਕਹਿਣਾ, ਦੇਖ ਲੈ ਜਿੱਦਾਂ ਤੇਰਾ ਮਨ ਕਰਦਾ। ਜੇ ਤੁਸੀਂ ਵੀ ਚੱਲੋ ਤਾਂ। ਨਹੀਂ ਨਹੀਂ, ਮੇਰੇ ਤੋਂ ਨਹੀਂ ਜਾ ਹੋਣਾ, ਮੈਂ ਤਾਂ ਕਣਕ ਵੀ ਬੀਜਣੀ ਆ, ਉਹ ਵੇਲਣਾ ਚਲਾਉਣ ਵਾਲਾ ਪਿਆ, ਹਜੇ ਬਹਾਈ ਕਰਨ ਵਾਲੀ ਪਈ ਹੋਈ ਆ, ਮੇਰੇ ਤੋਂ ਨਹੀਂ ਜਾ ਹੋਣਾ। ਤੂੰ ਕਮਲ ਨੂੰ ਨਾਲ ਲੈ ਜਾ। ਵੇ ਕਮਲ। ਹਾਂਜੀ। ਤੂੰ ਹੀ ਕੱਲ ਕੰਮ ਤੋਂ ਛੁੱਟੀ ਕਰ ਲਾ, ਤੂੰ ਹੀ ਮੇਰੇ ਨਾਲ ਚੱਲ ਪਾ, ਨਾਲੇ ਤੂੰ ਵੀ ਦਰਸ਼ਨ ਕਰ ਆਵੇ, ਤੇਰੀ ਭੈਣ ਦਾ ਵਿਆਹ ਸੁਖ ਸਵੀਲੀ ਨਾਲ ਹੋ ਗਿਆ, ਆਪਾਂ ਵੀ ਪੀਰ ਨਿਗਾਹੇ ਜਾ ਕੇ ਪੀਰਾਂ ਦਾ ਸ਼ੁਕਰਾਨਾ ਕਰਾਂਗੇ। ਹਾਂ ਮੰਮੀ, ਗਿਆ ਤਾਂ ਮੈਂ ਵੀ ਕਦੇ ਨਹੀਂ, ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ। ਭਲਾ ਤੇਰੇ ਕੋਲ ਪੈਸੇ ਕਿੰਨੇ ਕੁ ਆ? ਮੰਮੀ, ਮੇਰੇ ਕੋਲ ਤਾਂ 120 ਰੁਪਈਏ ਆ। ਚੱਲ ਕੋਈ ਗੱਲ ਨਹੀਂ, ਕੁਛ ਮੇਰੇ ਕੋਲ ਵੀ ਹੈਗੇ ਆ। ਆਪਣਾ ਸਰ ਜਾਣਾ, ਮੈਂ ਕਿਹਾ ਸਰਦਾਰ ਜੀ ਜਾਈਏ ਅਸੀਂ। ਹਾਂ ਠੀਕ ਆ, ਜਿੱਦਾਂ ਤੁਸੀਂ ਕਹਿੰਦੇ ਆ, ਪਰ ਮੇਰੇ ਤੋਂ ਨਹੀਂ ਜਾ ਹੋਣਾ। ਚਲੋ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ। ਹਾਂ ਤੁਸੀਂ ਜਾਇਓ ਹੈ। ਲੱਗਿਆ
लाला वाले दे दरते आज लख दाता दे दरते भगतां दा लगया मेला वे सखी सरवर जी दे दरते संगतां दा लगया मेला वे सोने चंडे आ बड़ी रीजा नाल शिंगारे ने यूं चिल मिल कर दे आ जो अंबर दे विच तारे ने सब चल के आ गए दाते दे सब चल के आ गए पीरा दे घर बार द छट च मेला बई सखी सरवर जी दे दर ते लाला वाले दे दर ते भगतां दा लगया मेला बई अज लख दाता दे दर ते संगतां दा लगया मेला बई अज पीर दे पाक मुरीदां ने हर पासे रौनक लाई अज पीर दे पाक मुरीदां ने हर पासे रौनक लाई कोई नचदा है कोई गौंदा है सबना ते मस्ती छाई कहे कुल्ला पिंड सरहाले दा कहे कुल्ला पिंड सरहाले दा हर कोई बनिया अलबेला बई अज लख दाता दे दर ते अज पीर मेरे दे दर ते भगता दा लगया मेला बई लाला वाले दे दर ते संगता दा लगया मेला बई लख दाता लाला वालिया तेरी सदा ही जय पीरा तेरी शक्ति बड़ी महान है तेरा रुतबा भी बड़ा बुलंद है तू हर एक दी आस मुराद पूरी करदा सबना दियां झोलियां भरदा हे मेरा वालिया साडे परिवार ते भी मेहर भरिया हथ रखी तेरी कृपा सदका मेरी धी दा विआह भी सुख सवीली हो गया हे पीरा मैं ताइयो पीर निगाहे आके तुहाडे दरबार ते सीधा सलाम करके तुहाडा लख लख शुकराना करन आई हां हे दातिया हुण मैनूं छेती छेती नूं वाली भी बना दिओ मैं तो तुहाडे दर दी मंगती हाँ हमेशा मेरे अंग संग रहना तुहाडे बिना मेरा होर कोई सहारा नहीं बस तुहाडा ही ओट आसरा आ मैं तो भुलनहार हाँ पर तुसी तो बख्शनहार हो सबना दी लाज रखदे हो मेरी भी लाज पत रखना ताने पीरे तू तन Allah wale bulle dar aap 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 aap
ਯਾਰ ਸੂਤ ਯਾਰ ਸੂਤ ਬਟਾਦਾ ਬੁਲਾ ਬਟਾਦਾ ਮੇਰਾ ਡਾਕਾ ਬਟਾਦਾ ਤੇਰਾ ਮੇਲਾ ਲੱਗੇ ਅਮਦਾਨ ਤੈਨੂੰ ਮੰਨੇ ਗੁਰ ਜਹਾਨ ਆ ਲੱਗਾ ਲਿਆ ਦਾਦੇ ਬਾਕੀ ਕੀੜੀਆਂ ਆਸੇ ਆਸੇ ਕੀੜੀਆਂ ਸੁਣੀ ਅੱਲਾ ਨਾਮ ਦੀ ਬਰਕਤਾਂ ਪੀਰ ਦੀ ਸੁਸਤਾ ਨਿਕਲਾ ਤੇ ਬਾਤ ਕਰਾਉਂਦਾ ਜੁੜਾ ਹੋਈਆਂ ਪੀਰ ਜਾਗੇ ਕੁੜੀਆਂ ਰੋਂਦੀਆਂ ਤਾਤੀਆਂ ਕੁੜੀ ਦੇਸਾਂ ਦੀ ਦਰਵਾਜੇ ਰਾਹੀ ਜੱਟੀਆਂ ਦੀ ਪਾਰਿਆ ਦੀ ਰੋਂਦੇ ਦੀਵਾ ਪਾੜਿਆ ਧੰਨ ਸਭੀ ਸੰਤਾਨਾ ਤੇਰੇ ਘਰ ਘਰ ਬਣ ਮਕਾਨਾ ਚੰਡੇ ਜੁੜਨ ਚਾਰ ਜਹਾਨਾ ਤੈਨੂੰ ਰਾਜੇ ਵੀ ਕਰ ਸਲਾਮਾਂ ਤੇਰੀ ਨੂੰ ਨਜ਼ਾਰੇ ਪੜਿਆ ਕੱਤੀ ਕੱਤ ਬਣਾਉਣਾ ਤੂੰ ਤੂੰ ਕੋਲੇ ਜਾਣਾ ਤੇਰਾ ਜੀਵੇ ਨਿਆਰਣਾ ਸਰਦਾ ਸੁਣ ਸਾਦਰਾ ਤੇਰਾ ਚੋਲੀ ਜੋਤੀ ਯਾਦਰਾ ਆਲੀ ਮੈਂ ਪਤਾ ਸੇ ਬਾਹਰ ਵਾਜੀਆ ਵੀਰਾ ਵੀਰ ਵਿਰਾ ਵੀਰੀ ਸਾਤੇ ਬੰਦੇ ਨਾ ਵੀਰ ਸਤ ਪਿਆਲਾ ਪਿਆਲਾ ਜੀ ਅਮਲੀ ਅੱਲਾ ਵੀਰ ਜੀ ਤੇਰਾ ਬਾਕਰ ਮਾਰਦਾ ਸੰਗਤ ਦਾ ਵਾਕ ਹੋਇਆ ਪਰਿਆਰ ਦਾ ਚੱਕ ਤੋਂ ਪ੍ਰਾਪਤ ਸ਼ਿਕਾਰ ਦਾ ਮੰਤਰੀ ਦਾ ਹਰਿਆ ਮੰਗੇ ਹਰ ਵਿਰਾ ਦਾ ਵੀਰ ਸਤ ਦਾ ਰਾਜਾ ਰੱਖ ਕੇ ਅਮਲੀ ਅੱਲਾ ਵੀਰਾ ਦੇਵੀ ਦਿੱਤਾ ਪੁੱਤਰ ਦੇ ਦਾਤਾ ਅਮਲੀ ਮਾਸ਼ੀ ਦਾ ਹੋਇਆ ਨਾ ਮੈਂ ਦਿੱਤਾ ਤੇ ਨਾ ਦਾ ਸ਼ਿਕਾਰ ਦਿੱਤਾ ਚੱਕਿਆ ਦਿੱਤਾ ਪਿਆ ਦਿੱਤਾ ਰੋਇਆ ਨਾ ਮਾਸਿਆ ਚੰਗਾ ਲੱਖ ਦਾਤਾ ਲੱਖਾਂ ਦੇ ਪੀਰਾ ਤੇਰਾ ਵਿੱਚ ਸਾਧ ਸੰਗਤ ਜੀ, ਪੀਰ ਨਿਗਾਹੇ ਤੋਂ ਆ ਕੇ ਸ਼੍ਰੀਮਤੀ ਸਰਜੀਤ ਕੌਰ ਜੀ ਨੇ ਆਪਣੇ ਘਰ 'ਚ ਹੀ ਬਣਾਏ ਪੀਰਾਂ ਦੇ ਦਰਬਾਰ ਦੀ ਹੋਰ ਵੀ ਜ਼ਿਆਦਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਬੇਟੀ ਦਲਜੀਤ ਕੌਰ ਦੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਜਨਵਰੀ 2002 ਵਿੱਚ ਬੇਟੇ ਕਮਲਪ੍ਰੀਤ ਦਾ ਵਿਆਹ ਵੀ ਕਰ ਦਿੱਤਾ। ਘਰ ਵਿੱਚ ਰੌਣਕਾਂ ਹੀ ਰੌਣਕਾਂ ਹੋ ਗਈਆਂ। ਮਾਲਕ ਦੀ ਅਪਾਰ ਕਿਰਪਾ ਸਦਕਾ ਇੱਕ ਦਿਨ ਇਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਇਹਨਾਂ ਨੂੰ ਅਮਰੀਕਾ ਤੋਂ ਪੇਪਰ ਭੇਜੇ। ਖੁਸ਼ਕਿਸਮਤੀ ਨਾਲ ਸਰਜੀਤ ਕੌਰ ਜੀ ਅਤੇ ਹਰਦੇਵ ਸਿੰਘ ਜੀ ਦਾ ਵੀਜ਼ਾ ਲੱਗ ਗਿਆ ਅਤੇ ਆਖਰ ਦੋਵੇਂ ਜੀ ਮਾਰਚ 2008 ਨੂੰ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿੱਚ ਪਹੁੰਚ ਗਏ। ਉੱਥੇ ਇਹਨਾਂ ਦਾ ਸਰਦਾਰ ਸੁਖਦੇਵ ਸਿੰਘ ਫੌਜੀ ਅਤੇ ਸ਼੍ਰੀਮਤੀ ਦਰਸ਼ਨ ਕੌਰ ਜੀ ਨਾਲ ਮਿਲਾਪ ਹੋਇਆ, ਜਿਨ੍ਹਾਂ ਨੇ ਇਹਨਾਂ ਦੋਵਾਂ ਦੀ ਬਹੁਤ ਮਦਦ ਕੀਤੀ। ਕੁਝ ਚਿਰ ਬਾਅਦ ਸੁਖਦੇਵ ਸਿੰਘ ਅਤੇ ਦਰਸ਼ਨ ਕੌਰ ਦੇ ਪੁੱਤਰ ਜਸਕੀਰਤ ਦਾ ਅਮਰੀਕਾ 'ਚ ਹੀ ਵਿਆਹ ਰੱਖਿਆ ਗਿਆ। ਇਸ ਵਿਆਹ 'ਤੇ
उन्हां ने कमलप्रीत उसकी पत्नी ते बच्चियां नूं शामिल होण लई विआह दा कार्ड ते पेपर भेजे। तद इन्हां दे भी वीजे लग गए ते पूरा परिवार अक्तूबर 2014 नूं अमरीका दे न्यू जर्सी शहर पहुँच गया। उन्हां ही दिनां 'च अपने परिवार नूं मिलण अते विआह 'च शामिल होण लई इन्हां दी बेटी दलजीत कौर भी अपने पति ते बच्चियां समेत इंग्लैंड तो अमरीका आ गई। एक बार फिर सारा परिवार इकट्ठा हो गया, घर विच खुशियां ही खुशियां छा गई। सरजीत कौर जी के दसण मुताबिक यह समा उसले बहुत ही भागा भरिया सी। ये सारा कुछ उसकी सच्ची लगन, पाक इबादत, पूर्ण विश्वास अते लखदाता पीर ते पीर गौस पाक जी की रहमत सदका ही होया है। वो कहती है कि मैं अपने आखिरी सवास तीक इन्हां पीरां फकीरां दी मुरीद बन के रवांगी अते तनो मनो तनो सेवा करदी रवांगी। अज भी उसके घर विच हर वक्त पीरां दी महिमा दा गुणगान कैसटां राहीं, फिल्मां राहीं जां फिर कथा कहानियां राहीं चलदा ही रहिंदा है। ते पूरा परिवार न्यू जर्सी अमरीका विच अपनी जिंदगी दे प्यार ते सत्कार भरे हुसीन पलां दा भरपूर आनंद माण रहा है। पासे भी वेखा साइया दीदा तू यो तू, हो जिस पासे भी वेखा पीरा दीदा तू यो तू, हो जिस पासे भी वेखा साइया दीदा तू यो तू। पावो अपने नूर चुकिन के देके नूरी रंग चढ़ावो, मेरे ते नजर करम दी ऐदा ताज पावो, अपने नूर चुकिन के देके नूरी रंग चढ़ावो। Oh,
मर जाने नू मान बख्श के कर दे वो अणमुला। परवरदिगार तीर निगाहे वाला बस दारे।